ਪਠਾਣਾ ਮੁੰਡਾ ਉਹ ਇੱਡਾ ਤਕੜਾ ਸੀਗਾ, ਕੱਦ ਵਾਲਾ ਸੀ, ਛੇਵੇਂ ਪਾਤਸ਼ਾਹ ਨੂੰ ਵੱਡੇ ਕੱਦ ਵਾਲਾ ਸੀ, ਉਹਦੇ ਨਾਲ ਉਹ ਖੇਡਦੇ ਹੁੰਦੇ ਸੀ ਜ਼ੋਰ ਕਰਦੇ ਹੁੰਦੇ, ਹੋਰ ਕੋਈ ਇੰਨਾ ਯੋਧਾ ਨਹੀਂ ਸੀ ਉਹਦੇ ਨਾਲ, ਉਹਨਾਂ ਦੀ ਤਲਵਾਰ ਦਾ ਵਾਰ ਸਹਿਲਵੇ ਢਾਲ ਦੇ ਉੱਤੇ ਵੀ ਗੁੱਟ ਮੋੜ ਦਿੰਦੀ ਸੀ, ਜਦ ਤੇ ਪੈਂਦਾ ਸੀ ਨਾ ਢਾਲ ਤੇ ਸਾਹਮਣੇ ਸੀ ਹੁੰਦੀ। ਉਹ ਵੀ ਐਂ ਕਹਿੰਦਾ ਸੀ ਬਈ ਹੰਕਾਰ ਆ ਗਿਆ ਸੀ ਉਹਦੇ ਚ ਬਹੁਤ ਜ਼ਿਆਦਾ, ਇੱਥੋਂ ਦੂਏ ਪਾਸੇ ਜਾ ਰਿਹਾ। ਜਦ ਉਹਦਾ ਫਿਰ ਤਲਵਾਰ ਮਾਰ ਕੇ ਕੱਟਿਆ, ਉਹਦੀ ਗਰਦਨ ਨੀ ਕੱਟੀ, ਉਹ ਜਿੰਨੇ ਉਹ ਕਾਤਰੇ ਕੱਟਿਆ ਸਾਨੂੰ ਹੱਡੀਆਂ, ਕੋਈ ਆਦਮੀ ਕਹਿੰਦੇ ਸੀ ਸਾਰੇ ਵੀ ਇਹਦਾ ਸਿਰ ਨੀ ਕੱਟਿਆ ਜਾ ਸਕਦਾ, ਕੋਈ ਯੋਧਾ ਇਹਦਾ ਸਿਰ ਨੀ ਕੱਟ ਸਕਦਾ, ਇੱਡੀ ਧੌਣ ਉਹਦੀ ਗਰਦਨ ਮੋਟੀ ਸੀ, ਇਹਦਾ ਕੋਈ ਕੁਆਰਨਾ ਸਿਰ ਨੀ ਕੱਟ ਸਕਦਾ ਕੋਈ ਵੀ ਆਦਮੀ। ਅਸੀਂ ਵੀ ਪਾਤਸ਼ਾਹ ਨੇ ਜਾਂ ਕੱਟਿਆ ਨਾ, ਇੱਥੋਂ ਕੱਟ ਕੇ ਹੱਡੀਆਂ ਪਸਲੀਆਂ ਕੱਟ ਕੇ ਐਂ ਕੱਟ ਕੇ ਸੁੱਟ ਦਿੱਤਾ ਜਿਹੜੇ ਉਹ ਪਾਸੇ ਕਰਕੇ ਬਸ।